ਧੰਨ ਵਾਹਿਗੁਰੂ ਜੀਓ। ਕਬੀਰ ਮਾਇਆ ਡੋਲਨੀ ਪਵਨ ਚਕੋਲਨ ਹਾਰ, ਸੰਤੋ ਮਾਖਨ ਖਾਇਆ ਛਾਛ ਪੀਏ ਸੰਸਾਰ। ਕਬੀਰ ਮਾਇਆ ਡੋਲਨੀ ਪਵਨ ਚਕੋਲਨ ਹਾਰ, ਸੰਤੋ ਮਾਖਨ ਖਾਇਆ ਛਾਛ ਪੀਏ ਸੰਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਸਤਿਗੁਰਾਂ ਦੇ ਦਰਬਾਰ ਵਿੱਚ ਸੱਜੀ ਹੋਈ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ। ਆਪਾਂ ਸਭਨਾਂ ਨੂੰ ਸਤ ਸੰਗਤ ਦਾ ਇਹ ਉੱਤਮ ਸਮਾਂ ਬਖਸ਼ਿਸ਼ ਕੀਤਾ ਹੈ। ਬੜੀ ਇਕਾਗਰਤਾ ਨਾਲ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੀ ਹੈ। ਸੋ ਆਪ ਜੀ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਬੜੇ ਪ੍ਰੇਮ ਨਾਲ ਹਾਜ਼ਰੀ ਭਰਦੇ ਹੋ। ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਸਲੋਕਾਂ ਦੀ ਆਪਾਂ ਲੜੀਵਾਰ ਵਿਚਾਰ ਆਰੰਭ ਕੀਤੀ ਹੋਈ ਹੈ। ਸੋ ਆਪ ਜੀ ਨੇ ਜਿਸ ਪਾਵਨ ਸਲੋਕ ਦਾ ਪਾਠ ਸਰਵਣ ਕੀਤਾ ਹੈ, 18 ਨੰਬਰ ਸਲੋਕ ਕਬੀਰ ਸਾਹਿਬ ਜੀ ਦੇ ਸਲੋਕਾਂ ਵਿੱਚ ਇਹ ਦਰਜ ਹੈ। ਪ੍ਰਕਰਣ ਇਹ ਹੈ, ਇੱਕ ਮਨੁੱਖ ਉਹ ਹੈ ਜੋ ਦੁਨੀਆ ਦੀ ਖਾਤਰ ਆਪਣਾ ਦੀਨ ਗਵਾ ਕੇ ਆਪਣਾ ਨੁਕਸਾਨ ਆਪ ਕਰਦਾ। ਕਬੀਰ ਜੀ ਮਹਾਰਾਜ ਨੇ ਇਸੇ ਹੀ ਪ੍ਰਕਰਣ ਨੂੰ ਅੱਗੇ ਵਧਾਉਂਦਿਆਂ ਇਹ ਸਲੋਕ ਉਚਾਰਨ ਕਰਦਿਆਂ ਹੋਇਆਂ ਅੰਕਿਤ ਕੀਤਾ। ਆਪਾਂ ਸਾਰੇ ਪਿੰਡਾਂ ਥਾਵਾਂ ਦੇ ਰਹਿਣ ਵਾਲੇ ਲੋਕ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਹਾਂ ਕਿ ਘਰ ਦੀਆਂ ਸਵਾਣੀਆਂ ਮਾਈਆਂ ਰਾਤ ਦੇ ਸਮੇਂ ਦੁੱਧ ਨੂੰ ਜਾਗ ਲਾਉਂਦੀਆਂ ਸਨ ਅਤੇ ਸਵੇਰ ਵੇਲੇ ਹੱਥ ਵਾਲੀ ਮਧਾਣੀ ਦੇ ਨਾਲ ਉਸ ਨੂੰ ਰਿੜਕਦੀਆਂ ਸਨ। ਨੇਤੇ ਦੇ ਨਾਲ ਈਂਟੀਆਂ ਨੂੰ ਦੋਵਾਂ ਹੱਥਾਂ ਦੇ ਵਿੱਚ ਫੜ ਕੇ ਬੜੇ ਸਹਿਜ ਪ੍ਰਕਿਰਿਆ ਦੇ ਨਾਲ, ਬੜੇ ਠਰੰਮੇ ਦੇ ਨਾਲ ਚਾਟੀ ਦੇ ਵਿੱਚ ਪਏ ਹੋਏ ਦਹੀਂ ਨੂੰ ਉਹਨਾਂ ਨੇ ਰਿੜਕਣਾ। ਕਈ ਵਾਰ ਬੱਚੇ ਵਿਹਲੇ ਹੁੰਦੇ ਮਾਵਾਂ ਦੀ ਬੀਬੀਆਂ ਦੀ ਗੋਦ ਵਿੱਚ ਜਾ ਕੇ ਬਹਿੰਦੇ ਅਤੇ ਨਾਲ ਕਹਿੰਦੇ ਵੀ ਅਸੀਂ ਰਿੜਕਣਾ ਹੈ। ਬੱਚੇ ਨੂੰ ਮਾਲੂਮ ਨਹੀਂ ਕਿ ਇਹ ਬੜੇ ਧੀਰਜ ਦਾ ਕੰਮ ਹੈ, ਬੜੀ ਇਕਾਗਰਤਾ ਦਾ ਕੰਮ ਹੈ। ਇਹ ਇੱਕ ਪ੍ਰੋਸੈਸ ਹੈ ਵੀ ਜਿਹੜਾ ਕਰਕੇ ਅਤੇ ਉਹਦੇ 'ਚੋਂ ਮੱਖਣ ਕੱਢਿਆ ਜਾਣਾ। ਤਾਂ ਉਹਨਾਂ ਨੇ ਕਹੇ, ਜਿਸ ਵੇਲੇ ਬੱਚੇ ਜਿੱਦ ਕਰਦੇ ਤਾਂ ਉਹਨਾਂ ਦੇ ਹੱਥ ਵਿੱਚ
ਉਹ ਈਟੀਆਂ ਫੜਾ ਦਿੰਦੀਆਂ ਮਧਾਣੀ ਦੀ ਨੇਤੇ ਦੀਆਂ। ਹੁਣ ਬੱਚੇ ਨੂੰ ਉਸ ਸਹਿਜ ਦਾ ਜਾਂ ਬੈਲੈਂਸ ਦਾ ਗਿਆਨ ਨਹੀਂ, ਉਹ ਕਈ ਵਾਰ ਅਸੀਂ ਖਿੱਚਣਾ ਉਹਨੂੰ ਤਾਂ ਮਾਵਾਂ ਨੇ ਟੋਕਣਾ ਵੀ ਭਾਂਡਾ ਟੁੱਟ ਜਾਏਗਾ, ਸਾਰਾ ਕੁਝ ਡੁੱਲ ਜਾਏਗਾ, ਇਵੇਂ ਨਹੀਂ ਕਰੀਦਾ। ਜਾਨੀ ਜਿਹੜਾ ਦਹੀਂ ਨੂੰ ਰਿੜਕਣਾ ਹੈ ਉਹ ਬੜੀ ਸਹਿਜ ਪ੍ਰਕਿਰਿਆ ਹੈ, ਬੜੇ ਬੈਲੈਂਸ ਦੇ ਨਾਲ, ਬੜੇ ਸਹਿਜ ਦੇ ਨਾਲ, ਬੜੇ ਧੀਰਜ ਦੇ ਨਾਲ ਕੀਤਾ ਜਾਣ ਵਾਲਾ ਕੰਮ ਹੈ। ਉਹਨਾਂ ਨੂੰ ਉਹਦੇ ਸੁਭਾਅ ਦਾ ਵੀ ਪਤਾ ਹੁੰਦਾ, ਸਰਦੀਆਂ ਹੁੰਦੀਆਂ ਅਤੇ ਉਹ ਥੋੜ੍ਹਾ ਜਿਹਾ ਗਰਮ ਪਾਣੀ ਵੀ ਉਹਦੇ ਵਿੱਚ ਪਾਉਂਦੀਆਂ। ਇਹ ਸਾਰੀ ਪ੍ਰਕਿਰਿਆ ਜਿਹੜੀ ਆਪਾਂ ਵੇਖਦੇ ਰਹੇ ਹਾਂ। ਕਬੀਰ ਜੀ ਮਹਾਰਾਜ ਕਹਿੰਦੇ ਜਿਹੜਾ ਸੰਸਾਰ ਹੈ ਨਾ, ਜਗਤ, ਇਹਨੂੰ ਸਮਝੋ ਵੀ ਇਹ ਦਹੀਂ ਵਾਲੀ ਚਾਟੀ ਹੈ। ਜਿਹੜੇ ਮਨੁੱਖ ਸਾਹ ਲੈਂਦਾ ਹੈ ਨਾ, ਸਵਾਸ ਨੇ ਜਿਹੜੇ, ਇਹ ਸਮਝੋ ਮਧਾਣੀ ਹੈ। ਅਸੀਂ ਸਾਹ ਲੈ ਰਹੇ ਹਾਂ ਸੰਸਾਰ ਦੇ ਅੰਦਰ ਅਤੇ ਸੰਸਾਰ ਦੇ ਪਦਾਰਥਾਂ ਨੂੰ ਵਰਤ ਰਹੇ ਹਾਂ। ਸਮਝੋ ਵੀ ਮਧਾਣੀ, ਅਸੀਂ ਸਾਹਾਂ ਦੀ ਮਧਾਣੀ ਸੰਸਾਰ ਦੇ ਪਦਾਰਥਾਂ ਦੀ ਚਾਟੀ ਵਿੱਚ ਪਾਈ ਹੋਈ ਹੈ ਅਤੇ ਇਹਨੂੰ ਰਿੜਕ ਰਹੇ ਹਾਂ। ਪਦਾਰਥਾਂ ਦਾ ਰਸ ਲੈ ਰਹੇ ਹਾਂ, ਸਵਾਦ ਲੈ ਰਹੇ ਹਾਂ, ਆਨੰਦ ਲੈ ਰਹੇ ਹਾਂ, ਇਹਨਾਂ ਨੂੰ ਮਾਣ ਰਹੇ ਹਾਂ, ਇਹਨਾਂ ਨੂੰ ਹੰਢਾ ਰਹੇ ਹਾਂ। ਹਰ ਸਾਹ ਦੇ ਨਾਲ ਅਸੀਂ ਪਦਾਰਥ ਹੰਢਾ ਰਹੇ ਹਾਂ, ਚੀਜ਼ਾਂ ਹੰਢਾ ਰਹੇ, ਸੰਸਾਰ ਨੂੰ ਵੇਖ ਰਹੇ ਹਾਂ, ਸੁਣ ਰਹੇ ਹਾਂ, ਬੋਲ ਰਹੇ ਹਾਂ, ਖਾ ਪੀ ਰਹੇ ਹਾਂ, ਪਹਿਨ ਰਹੇ ਹਾਂ, ਮਾਣ ਰਹੇ ਹਾਂ, ਰੂਪ ਰੰਗ ਆਕਾਰ ਨੇ। ਜਗਤ ਦੇ ਸਫ਼ਰ ਵਿੱਚ, ਜੀਵਨ ਦੇ ਸਫ਼ਰ ਵਿੱਚ ਜਗਤ ਨੂੰ ਮਾਣਿਆ ਜਾ ਰਿਹਾ। ਕਬੀਰ ਜੀ ਮਹਾਰਾਜ ਕਹਿੰਦੇ ਮਨ ਨੂੰ ਸੰਸਾਰ ਜਗਤ ਜਿਹੜਾ ਹੈ ਇਹ ਦਹੀਂ ਦੀ ਚਾਟੀ ਹੈ ਅਤੇ ਜਿਹੜੇ ਸਾਹ ਨੇ ਸਾਡੇ ਇਹ ਮਧਾਣੀ ਹੈ। ਸੰਤ ਵੀ ਰਿੜਕ ਰਿਹਾ ਪਦਾਰਥਾਂ ਨੂੰ ਅਤੇ ਸਾਕਤ ਵੀ ਰਿੜਕ ਰਿਹਾ, ਪਰ ਸੰਤ ਇਹਦੇ ਵਿੱਚੋਂ ਮੱਖਣ ਕੱਢ ਲੈਂਦਾ ਅਤੇ ਜਿਹੜਾ ਸਾਕਤ ਹੈ ਉਹ ਅਣਜਾਣ ਹੈ। ਮਸਲਾ ਇਹ ਹੈ ਵੀ ਉਹਨੇ ਪਾਣੀ 'ਚ ਮਧਾਣੀ ਪਾਈ ਹੋਈ, ਉਹਨੂੰ ਕੱਖ ਨਹੀਂ ਹਾਸਲ ਹੋਣਾ, ਸਾਰੀ ਜ਼ਿੰਦਗੀ ਰਿੜਕਦਾ ਰਹੇ। ਸੰਤ ਦੇ ਕੋਲ ਸੁੱਖ ਹੈ, ਸਾਕਤ ਕੋਲ ਸੁੱਖ ਨਹੀਂ। ਪਦਾਰਥ ਸਾਕਤ ਕੋਲ ਸੰਤ ਨਾਲੋਂ ਜ਼ਿਆਦਾ ਨੇ, ਕਿਉਂਕਿ ਦੋ ਕਰੈਕਟਰ ਉਹਨਾਂ ਨੇ, ਦੋ ਕਿਰਦਾਰ ਸਾਡੇ ਸਾਹਮਣੇ ਰੱਖੇ ਨਾ, ਇੱਕ ਸੰਤ ਅਤੇ ਇੱਕ ਸਾਕਤ। ਇਹਨੂੰ ਇਉਂ ਸਮਝੋ ਵੀ ਇੱਕ ਦੀ ਚਾਟੀ ਵਿੱਚ ਤਾਂ ਦਹੀਂ ਹੈ, ਉਹ ਰਿੜਕੇਗਾ ਅਤੇ ਮੱਖਣ ਕੱਢੇਗਾ। ਦੂਜੇ ਦੀ ਚਾਟੀ 'ਚ ਪਾਣੀ ਹੋਵੇ, ਪਾਣੀ ਰਿੜਕਣ ਵਾਲਾ ਕੀ ਹਾਸਲ ਕਰੇਗਾ? ਕੁਝ ਵੀ ਨਹੀਂ। ਸੰਤ ਜਿਹੜਾ ਹੈ ਉਹ ਜਦੋਂ ਸੰਸਾਰ ਦੇ ਅੰਦਰ ਪਦਾਰਥਾਂ ਨੂੰ ਵਰਤਦਾ ਹੈ ਤਾਂ ਉਹ ਕੇਵਲ ਆਪਣੀ ਗੁਜਰਾਨ ਵਾਸਤੇ ਵਰਤਦਾ ਹੈ। ਉਹਨੂੰ ਪਤਾ ਕੱਪੜਾ ਤਨ ਨੂੰ ਢੱਕਣ ਲਈ ਹੈ, ਭੋਜਨ ਸਰੀਰ ਨੂੰ ਪਾਲਣ ਲਈ ਹੈ, ਸਿਰ 'ਤੇ ਛੱਤ, ਗਰਮੀ ਸਰਦੀ ਧੁੱਪ ਛਾਂ, ਦਿਨ ਰਾਤ ਦਾ ਗੁਜ਼ਾਰਾ ਕਰਨ ਵਾਸਤੇ ਇੱਕ ਠਾਹਰ ਹੈ। ਉਹ ਇਸ ਤੋਂ ਵੱਧ ਇਹ ਚੀਜ਼ਾਂ ਦੀ ਕੋਈ ਅਹਿਮੀਅਤ ਨਹੀਂ ਜੀਵਨ 'ਚ। ਇਹ ਚੀਜ਼ਾਂ ਮੇਰੇ ਵਰਤਣ ਲਈ ਹਨ, ਮੇਰਾ ਜੀਵਨ ਫਸਟ ਹੈ, ਉੱਚਾ ਹੈ, ਪਦਾਰਥ ਸੈਕੰਡਰੀ ਹਨ, ਦੂਜੇ ਨੰਬਰ 'ਤੇ ਹਨ। ਪਦਾਰਥ ਦਾ ਦਰਜਾ ਦੂਜਾ ਹੈ, ਜੀਵਨ ਦਾ ਦਰਜਾ ਪਹਿਲਾ ਹੈ। ਸੰਤ ਇਹ ਮੰਨ ਕੇ ਚੱਲਦਾ ਹੈ, ਥੋੜ੍ਹਾ ਵੀ ਹੋਵੇ ਤਾਂ ਵੀ ਚੱਲ ਜਾਏਗਾ। ਸਾਦਾ ਵੀ ਪਹਿਨ ਕੇ ਜੇ ਨੰਗੇਜ਼ ਢੱਕਿਆ ਗਿਆ ਤਾਂ ਵਧੀਆ, ਜੇ ਨਾ ਵੀ 36 ਪ੍ਰਕਾਰ ਦੇ ਪਕਵਾਨ ਮਿਲੇ। ਸੰਤਨ ਕਾ ਦਾਨਾ ਰੁੱਖਾ ਸੋ ਸਰਬ ਨਿਧਾਨ, ਹਰ ਰੁੱਖੀ ਰੋਟੀ ਖਾਏ ਸੰਭਾਲੇ, ਰੁੱਖਾ ਮਿਸਾ ਮਿਲ ਗਿਆ। ਪਾਲਣਾ ਤਾਂ ਸਰੀਰ ਹੈ, ਪਾਲਣੀ ਤਾਂ ਦੇਹੀ ਹੈ। ਬਹੁਤੇ ਸ਼ੀਸ਼ ਮਹਿਲ ਨਾ ਵੀ ਮਿਲੇ ਰਹਿਣ ਵਾਸਤੇ ਤਾਂ ਚਲੋ ਗੁਜ਼ਾਰੇ ਜੋਗਾ, ਠਾਰ ਮਿਲ ਗਈ, ਜੀਵਨ ਕੱਢਣਾ ਕੱਟ ਲੈਣਾ, ਕੋਈ ਸਮੱਸਿਆ ਨਹੀਂ ਹੈ।
ਇਸ ਦੇਹੀ ਦੇ ਉੱਤੇ ਜੇ ਹੀਰੇ ਜਵਾਹਰਾਤ ਦਾ ਸ਼ਿੰਗਾਰ ਨਾ ਵੀ ਹੋਏਗਾ ਤਾਂ ਮੇਰਾ ਕੁਝ ਨਹੀਂ ਘਟਣ ਲੱਗਿਆ। ਦੂਜਿਆਂ ਵੱਲ ਵੇਖ ਕੇ ਵੀ ਦੂਜਿਆਂ ਦੇ ਤਨ 'ਤੇ ਕੱਪੜਾ ਮਹਿੰਗਾ ਹੈ, ਦੂਜਿਆਂ ਕੋਲ ਪਕਵਾਨ ਮਹਿੰਗੇ ਨੇ, ਦੂਜਿਆਂ ਦੇ ਸ਼ੀਸ਼ ਮਹਿਲ ਨੇ, ਸੋਨੇ ਦੇ ਮੰਦਰ ਨੇ, ਵੱਡੀਆਂ ਅਟਾਰੀਆਂ ਨੇ, ਮੈਂ ਆਪਣਾ ਆਪ ਦੁਖੀ ਕਿਉਂ ਕਰਾਂ? ਤੁਰਨਾ ਇਹਨਾਂ ਨੇ ਵੀ ਇੱਕ ਦਿਨ, ਤੁਰਨਾ ਮੈਂ ਵੀ ਹੈ, ਗੁਜ਼ਾਰਾ ਹੈ, ਸਮਾਂ ਹੈ, ਲੰਘ ਜਾਣਾ ਹੈ। ਪਰ ਮੈਂ ਆਪਣਾ ਸਮਾਂ ਦੂਜਿਆਂ ਵੱਲ ਵੇਖ ਕੇ ਜਾਂ ਪਦਾਰਥਾਂ ਵੱਲ ਵੇਖ ਕੇ ਤਰਸ ਕੇ ਨਹੀਂ ਲੰਘਾਉਣਾ। ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਨਾ ਤਾਂ ਮੈਂ ਤਰਸਣਾ ਅਤੇ ਨਾ ਮੈਂ ਇਸ ਤਰਸੇਵੇਂ ਕਰਕੇ ਕਿ ਦੂਜਿਆਂ ਕੋਲ ਜ਼ਿਆਦਾ ਹੈ, ਹਾਏ ਦੂਜਿਆਂ ਕੋਲ ਜ਼ਿਆਦਾ ਹੈ, ਨਾ ਮੈਂ ਚੋਰੀ ਕਰਨੀ, ਨਾ ਠੱਗੀ ਮਾਰਨੀ, ਨਾ ਰਿਸ਼ਵਤ ਲੈਣੀ, ਨਾ ਪਾਪ ਕਰਨਾ, ਨਾ ਕਿਸੇ ਦਾ ਹੱਕ ਮਾਰਨਾ। ਇਸ ਨੂੰ ਕੂੜ ਬੋਲ ਕੇ ਖਵਾਲੀਏ, ਇਸ ਦੇਹੀ ਨੂੰ ਝੂਠ ਬੋਲ ਕੇ ਕਿਉਂ ਪਾਲਾਂ ਜੇ ਚੱਲਦਿਆਂ ਨਾਲ ਨਾ ਜਾਏ? ਅਖੀਰ ਜੇ ਇਹਨੇ ਢਹਿ ਹੀ ਜਾਣਾ, ਗੱਲ ਤਾਂ ਇਹਨੂੰ ਪਾਲਣ ਦੀ ਹੈ, ਗੱਲ ਤਾਂ ਇਹਨੂੰ ਇਹਦੇ ਨਿਰਵਾਹ ਕਰਨ ਦੀ ਹੈ। ਹਾਂ, ਮੇਰੀ ਹੱਕ ਹਲਾਲ ਦੀ ਕਮਾਈ ਨਾਲ ਬਹੁਤ ਹੋਵੇ ਅਤੇ ਮੈਂ ਤਾਂ ਵੀ ਉਹਦੇ ਵਿੱਚ ਰਹਿੰਦਿਆਂ ਹੋਇਆਂ ਸਾਦਗੀ ਦਾ ਜੀਵਨ ਜੀਵਾਂ, ਵਿਖਾਵੇ ਨਹੀਂ ਕਰਾਂਗਾ, ਹੰਕਾਰ ਨਹੀਂ ਕਰਾਂਗਾ ਮੇਰੇ ਕੋਲ ਇੰਨਾ, ਫਿਰ ਕੀ ਹੋਇਆ? ਕਦੇ ਬਹੁਤਾ ਹੁੰਦਾ, ਕਦੇ ਥੋੜ੍ਹਾ ਹੁੰਦਾ। ਜਾਨੀ ਬਹੁਤਾ ਹੋਵੇ ਤਾਂ ਹੰਕਾਰ ਨਹੀਂ ਹੋਏਗਾ, ਥੋੜ੍ਹਾ ਹੋਇਆ ਅਤੇ ਅੰਦਰ ਰੋਵੇਗਾ ਨਹੀਂ, ਮਾਯੂਸ ਨਹੀਂ ਹੋਵੇਗਾ ਵੀ ਹਾਏ ਮੇਰੇ ਕੋਲ ਥੋੜ੍ਹਾ ਨਹੀਂ। ਜੀਵਨ ਪਹਿਲ ਹੈ, ਜੀਵਨ ਦਾ ਦਰਜਾ ਅਵਲ ਹੈ, ਪਦਾਰਥ ਦਾ ਦਰਜਾ ਦੋਮ ਹੈ, ਸੈਕੰਡਰੀ ਹੈ, ਦੂਜਾ। ਇਹ ਤਾਂ ਹੋ ਗਿਆ ਸੰਤ ਦਾ ਜੀਵਨ। ਹੁਣ ਜਿਹਨੇ ਜੀਵਨ ਨੂੰ ਉੱਤਮ ਸਮਝਿਆ ਨਾ, ਉਹਨੇ ਸਮਝਣਾ ਹੈ ਵੀ ਜਗਤ ਦੀ ਚਾਟੀ ਵਿੱਚ ਪਦਾਰਥਾਂ ਦਾ ਦਹੀਂ ਰਿੜਕਣਾ ਅਤੇ ਸਾਹ ਮੇਰੇ ਮਧਾਣੀ ਨੇ, ਮੈਂ ਇਹਦੇ 'ਚੋਂ ਮੱਖਣ ਕੱਢਣਾ। ਮੱਖਣ ਕੀ ਹੈ ਜੀ? ਜੀਵਨ ਦਾ ਆਨੰਦ, ਸਕੂਨ, ਅੰਦਰ ਦਾ ਟਿਕਾਓ, ਵੀ ਤੁਸੀਂ ਜ਼ਿੰਦਗੀ ਦਾ ਲੁਤਫ ਲੈਂਦੇ ਹੋ। ਸਾਕਤ ਕੀ ਕਰਦਾ? ਉਹ ਪਦਾਰਥ ਦਾ ਲੁਤਫ ਲੈਂਦਾ, ਪਦਾਰਥ ਦੇ ਸਵਾਦ ਵਿੱਚ ਪੈਂਦਾ। ਉਹ ਦੌੜਦਾ ਵੀ ਵੱਡਾ ਮਹਿਲ ਹੋਵੇ, ਭਾਵੇਂ ਚੋਰੀ ਚਕਾਰੀ ਠੱਗੀ ਬੇਈਮਾਨੀ ਜ਼ੁਲਮ ਕਰਕੇ ਹਾਸਲ ਕਰਾਂ, ਮਹਿੰਗਾ ਕੱਪੜਾ ਹੋਵੇ, ਭਾਵੇਂ ਮੇਰੀ ਪਹੁੰਚ ਨਾ ਹੋਵੇ ਮਹਿੰਗਾ ਪਾਉਣ ਦੀ, ਪਰ ਪਾਓ। ਫਿਰ ਉਹ ਸਾਰਾ ਕੁਝ ਹਾਸਲ ਕਰ ਲਈ ਉਹ ਕੀ ਕਰਦਾ? ਜਾਂ ਤਾਂ ਗਲਤ ਤਰੀਕਾ ਚੁਣਦਾ, ਜਾਂ ਫਿਰ ਬਹੁਤ ਵੱਡੀ ਛਾਲ ਮਾਰ ਕੇ ਅਤੇ ਮਗਰੋਂ ਦੁਖੀ ਹੁੰਦਾ, ਜਾਲ 'ਚ ਫਸਦਾ, ਪਦਾਰਥਕ ਜਾਲ 'ਚ। ਉਹਦਾ 24 ਘੰਟੇ ਜਿਹੜਾ ਚਿੰਤਨ ਹੈ, 24 ਘੰਟੇ ਜਿਹੜਾ ਸਫ਼ਰ ਹੈ ਜ਼ਿੰਦਗੀ ਦਾ, ਉਹ ਇਹਨਾਂ ਚੱਕਰਾਂ ਵਿੱਚ ਉਲਝਿਆ ਰਹਿੰਦਾ। ਇਸ ਕਰਕੇ ਉਹ ਦੁੱਖ ਜ਼ਿਆਦਾ ਭੋਗਦਾ ਅਤੇ ਜੀਵਨ ਦਾ ਆਨੰਦ ਘੱਟ ਲੈਂਦਾ। ਉਹਦੀ ਜ਼ਿੰਦਗੀ ਦੇ ਵਿੱਚ, ਉਹਦੇ ਜੀਵਨ ਜਿਉਣ ਦੇ ਤਰੀਕੇ ਵਿੱਚ ਜੀਵਨ ਦਾ ਦਰਜਾ ਦੂਜਾ ਅਤੇ ਪਦਾਰਥ ਦਾ ਦਰਜਾ ਪਹਿਲਾ। ਇਹ ਨੁਕਤੇ ਨੂੰ ਸਮਝੋ ਵੀ ਜਿਹੜਾ ਸਾਕਤ ਹੈ ਉਹਦੇ ਵਾਸਤੇ ਪਦਾਰਥ ਦਾ ਦਰਜਾ ਪਹਿਲਾ, ਜੀਵਨ ਦਾ ਦਰਜਾ ਦੂਜਾ। ਉਹਨੂੰ ਇਹ ਤਾਂ ਖਿਆਲ ਹੀ ਭੁੱਲ ਜਾਂਦਾ ਵੀ ਮੈਂ ਇਨਸਾਨ ਹਾਂ ਅਤੇ ਮੈਨੂੰ ਜੀਵਨ ਜਿਉਣ ਲਈ ਇਹ ਚੀਜ਼ਾਂ ਦੀ ਲੋੜ ਹੈ। ਉਹ ਸੋਚਦਾ ਵੀ ਮੈਂ ਆਇਆ ਦੁਨੀਆ 'ਤੇ ਪਦਾਰਥਾਂ ਦੀ ਢੇਰੀ ਇਕੱਠੀ ਕਰਨ ਵਾਸਤੇ, ਅਤੇ ਕਰਦਾ ਰਹਿੰਦਾ, ਚੋਰੀ ਕੀਤੀ, ਠੱਗੀ ਮਾਰੀ, ਝੂਠ ਬੋਲਿਆ, ਬੇਈਮਾਨੀ ਕੀਤੀ, ਹੱਕ ਮਾਰੇ, ਧੋਖੇ ਕੀਤੇ, ਜ਼ਾਲਸਾਜ਼ੀਆਂ ਕੀਤੀਆਂ, ਪਦਾਰਥਾਂ ਦਾ ਢੇਰ ਲਾ ਲਿਆ। ਫਿਰ ਜਿੰਨੇ ਗੁਨਾਹ ਕਰੀ ਗਿਆ, ਅੰਦਰ ਸਹਿਮ, ਡਰ ਅਤੇ ਪਾਪ ਇਕੱਠੇ ਹੁੰਦੇ ਗਏ, ਆਤਮਾ ਖੋਖਲੀ ਹੁੰਦੀ ਗਈ, ਜੀਵਨ ਦਾ ਲੰਮਾ ਪੈਂਡਾ ਤਾਂ ਕਰ ਲਿਆ, ਪਲ ਭਰ ਵੀ ਸਕੂਨ ਨਹੀਂ ਆਇਆ, ਨੀਂਦ ਨਹੀਂ ਪਈ ਚੱਜ ਨਾਲ, ਭੁੱਖ ਨਹੀਂ ਲੱਗੀ ਚੱਜ ਨਾਲ, ਸਰੀਰ ਵੀ ਗਵਾਇਆ ਅਤੇ ਮਨ ਦਾ ਸਕੂਨ ਵੀ ਗਵਾਇਆ, ਆਤਮਾ ਦਾ ਬਲ ਵੀ ਗਵਾਇਆ,
ਸੁਰਤ ਪਲੀਤ ਅਤੇ ਮੈਲੀ ਕਰ ਲਈ। 24 ਘੰਟੇ ਦੂਜਿਆਂ ਦੇ ਨਾਲ ਆਪਣੇ ਆਪ ਨੂੰ ਤੋਲਦਾ ਰਿਹਾ ਅਤੇ ਈਰਖਾ ਹੀ ਈਰਖਾ ਜੀਵਨ 'ਚ ਆਈ, ਮੁਕਾਬਲੇਬਾਜ਼ੀ ਆਈ, ਜਿਹਦੇ ਕੋਲ ਜ਼ਿਆਦਾ ਵੇਖਿਆ ਫਿਰ ਉਹਦੇ 'ਤੇ ਖਿਝ ਆਈ। ਇਹ ਚੀਜ਼ਾਂ ਇਕੱਠੀਆਂ ਕਰ ਲਈ। ਕਬੀਰ ਜੀ ਮਹਾਰਾਜ ਨੇ ਫਰਮਾਇਆ, ਕਹਿਣ ਲੱਗੇ, ਕਬੀਰ ਮਾਇਆ ਡੋਲਣੀ, ਇਹ ਸੰਸਾਰ ਦੀ ਜਿਹੜੀ ਮਾਇਆ ਹੈ, ਪਦਾਰਥ ਹੈ, ਇਹ ਸਮਝੋ ਵੀ ਚਾਟੀ ਹੈ ਸੰਸਾਰ ਦਹੀਂ ਦੀ। ਪਵਨ ਝਕੋਲਨਹਾਰ, ਜਿਹੜੇ ਮਨੁੱਖ ਸਾਹ ਲੈਂਦਾ, ਇਹ ਸਮਝੋ ਵੀ ਮਧਾਣੀ ਪਾਈ ਹੈ ਇਹਦੇ ਵਿੱਚ। ਹਰ ਸਾਹ ਦੇ ਨਾਲ ਅਸੀਂ ਪਦਾਰਥ ਵਰਤਦੇ ਹਾਂ ਜੀਵਨ ਦੇ ਨਿਰਬਾਹ ਲਈ। ਸੰਤੋ ਮਾਖਣ ਖਾਇਆ, ਛਾਛ ਪੀ ਹੈ ਸੰਸਾਰ। ਪਰਮੇਸ਼ਰ ਦਾ ਪਿਆਰਾ, ਜਿਹਨੂੰ ਪਤਾ ਹੈ ਵੀ ਪਦਾਰਥ ਦੀ ਅਹਿਮੀਅਤ ਕੀ ਹੈ ਅਤੇ ਜੀਵਨ ਦੀ ਅਹਿਮੀਅਤ ਕੀ ਹੈ, ਉਹਨੇ ਤਾਂ ਮੱਖਣ ਖਾਧਾ, ਮੰਨ ਲਓ ਉਹਨੇ ਰਿੜਕਿਆ ਅਤੇ ਮੱਖਣ ਕੱਢਿਆ ਅਤੇ ਸਾਕਤ ਦੇ ਹਿੱਸੇ 'ਚ ਲੱਸੀ ਆਈ, ਉਹਨੂੰ ਤੱਤ ਨਹੀਂ ਨਸੀਬ ਹੋਇਆ ਜੀਵਨ ਦਾ, ਉਹਨੂੰ ਜੀਵਨ ਦੀ ਸੱਚਾਈ, ਜੀਵਨ ਦਾ ਆਨੰਦ ਜਾਂ ਲੁਤਫ ਨਹੀਂ ਪ੍ਰਾਪਤ ਹੋਇਆ ਉਹਦੇ ਹਿੱਸੇ 'ਤੇ, ਜਾਨੀ ਕਿ ਜਾਇਆ ਪਦਾਰਥ, ਉਹਦੇ ਪੱਲੇ ਪਦਾਰਥ ਹੀ ਰਿਹਾ ਜੋ ਉਹਦਾ ਆਪਣਾ ਨਹੀਂ, ਜਿਹਨੂੰ ਉਹ ਹੰਢਾ ਵੀ ਨਹੀਂ ਸਕਿਆ। ਖਾਣ ਵਾਸਤੇ ਉਹ ਭੁੱਖ ਕੱਟਦਾ ਰਿਹਾ ਅਤੇ ਖਾਧਾ ਫਿਰ ਵੀ ਨਹੀਂ ਗਿਆ। ਪਹਿਨਣ ਵਾਸਤੇ ਉਹ ਤੜਫਦਾ ਰਿਹਾ, ਕਲੋਜ਼ਿਟ ਭਰੇ ਛੱਡ ਕੇ ਦੁਨੀਆ ਤੋਂ ਚਲਾ ਗਿਆ। ਬਹੁਤ ਸਹੂਲਤਾਂ ਭਰੇ ਮਕਾਨ ਮੇਰੇ ਕੋਲ, ਮਹਿਲ ਮੇਰੇ ਕੋਲ ਹੋਣ, ਸਾਰੀ ਉਮਰ ਭੱਜਦਾ ਰਿਹਾ, ਭੱਜਦਾ ਰਿਹਾ, ਭੱਜਦਾ ਰਿਹਾ। ਮੈਂ ਇੱਕ ਦਿਨ ਇਹ ਪੜ੍ਹ ਰਿਹਾ ਸਾਂ, ਸ਼ਦਾਦ ਇੱਕ ਬੰਦਾ ਹੋਇਆ, ਉਹਦਾ ਰਾਜ ਰਿਹਾ ਇੱਧਰ ਅਰਬ ਈਰਾਨ ਦੇ ਅੱਲ, ਬਹੁਤ ਪੁਰਾਣੀ ਗੱਲ ਹੈ। ਅਤੇ ਉਹਨੂੰ ਮੱਤ ਦਿੱਤੀ ਹਜ਼ਰਤ ਨੇ ਵੀ ਤੂੰ ਕੋਈ ਅੱਲਾ ਨੂੰ ਯਾਦ ਕਰਿਆ ਕਰ, ਖੁਦਾ ਨੂੰ, ਰੱਬ ਨੂੰ ਯਾਦ ਕਰਿਆ ਕਰ, ਇੰਨੇ ਜ਼ੁਲਮ ਕਰਦਾ ਹੈ, ਤੇਰਾ ਵਤੀਰਾ ਚੰਗਾ ਨਹੀਂ, ਤੂੰ ਹਾਕਮ ਹੈ ਇਸ ਜਗ੍ਹਾ ਦਾ। ਚਲੋ ਉਹਨਾਂ ਦੀ ਮਾਨਤਾ ਸੀ। ਉਹ ਕਹਿੰਦਾ ਜੀ ਮੈਂ ਨਾ ਤਾਂ ਕਿਸੇ ਰੱਬ ਨੂੰ ਯਾਦ ਕਰਨਾ ਹੈ ਅਤੇ ਨਾ ਹੀ ਮੈਨੂੰ ਕੋਈ ਲੋੜ ਹੈ, ਮੈਂ ਤਾਂ ਇੱਥੇ ਹੀ ਸਵਰਗ ਬਣਾ ਲੈਣੇ ਧਰਤੀ 'ਤੇ। ਉਹਨੇ ਉਹਨਾਂ ਦੀ ਕਹਾਣੀ ਹੈ, ਸਿੱਖਿਆਦਾਇਕ ਹੈ। ਕਹਿੰਦੇ ਨੇ ਉਹਨੇ ਹੀਰੇ ਜਵਾਹਰਾਤ ਸੋਨਾ ਚਾਂਦੀ ਹਰ ਚੀਜ਼, 12 ਸਾਲ ਲੱਗੇ ਜੀ, ਬੜਾ ਅਲੀਸ਼ਾਨ ਉਹਨੇ ਬਹਿਸ਼ਤ, ਉਹ ਕਹਿੰਦਾ ਸੀ ਮੈਂ ਧਰਤੀ 'ਤੇ ਬਹਿਸ਼ਤ ਉਤਾਰਨਾ, ਪਦਾਰਥਾਂ ਨਾਲ ਬਣਾਉਣਾ, ਬਣ ਗਿਆ। ਹਰ ਚੀਜ਼ ਉਹਦੇ ਵਿੱਚ ਹੋਈ, ਹਰ ਪਦਾਰਥ ਉਹਦੇ 'ਚ ਰੱਖਿਆ ਗਿਆ ਜੋ ਮੁਯੱਸਰ ਸੀ, ਹਰ ਕੀਮਤੀ ਸ਼ੈ ਉਹਦੇ 'ਚ ਸਮਾਈ ਕਰ ਦਿੱਤੀ ਗਈ। ਸੁਨੇਹਾ ਭੇਜਿਆ ਜੀ ਬਣ ਗਿਆ, ਬੜੀ ਉਤਸੁਕਤਾ ਨਾਲ ਵੀ ਕਿੰਨਾ ਲੰਮਾ ਸਮਾਂ ਮੈਂ ਉਡੀਕਿਆ, ਕਿੰਨੀ ਪਲੈਨਿੰਗ ਕੀਤੀ ਹੈ, ਕਿੰਨੀ ਮਿਹਨਤ ਕੀਤੀ ਹੈ, ਸਿਰ ਖਪਤੀ ਕੀਤੀ ਹੈ, ਚੱਲਿਆ। ਕਹਿੰਦੇ ਨੇ ਇੱਕ ਪੈਰ ਸਰਦਲ ਦੇ ਅੰਦਰ ਸੀ ਅਤੇ ਇੱਕ ਪੈਰ ਅਜੇ ਬਾਹਰ ਸੀ ਅਤੇ ਜਾਨ ਨਿਕਲ ਗਈ। ਆਪਣੇ ਬਣਾਏ ਬਹਿਸ਼ਤ ਵਿੱਚ ਅਜੇ ਇੱਕ ਪੈਰ ਅੰਦਰ ਹੈ ਅਤੇ ਇੱਕ ਪੈਰ ਬਾਹਰ ਹੈ, ਪ੍ਰਾਣ ਪੰਖੇਰੂ ਉੱਡ ਗਏ। ਸਾਰੀ ਕਾਲਣਾ, ਸਾਰੀ ਮਿਹਨਤ, ਸਾਰਾ ਕੁਝ, ਇਹ ਤਾਂ ਚਲੋ ਉਹਨਾਂ ਦੀ ਕਹਾਣੀ ਦੀ ਰੰਗਤ ਹੋਰ ਹੈ, ਪਰ ਸੱਚਾਈ ਮਨੁੱਖ ਦੇ ਜੀਵਨ ਦੀ ਇਹ ਹੈ ਵੀ ਉਹ ਖਿਆਲੀ ਪੁਲਾਵ ਦੇ ਵਿੱਚ ਪਦਾਰਥਕ ਬਹਿਸ਼ਤ ਜਿਹੜਾ ਸਿਰਜਣਾ ਚਾਹੁੰਦਾ ਨਾ, ਹੁੰਦੀ ਉਹਦੇ ਨਾਲ ਇਸ ਤਰ੍ਹਾਂ ਹੀ ਹੈ। ਉਹ ਸਿਰਜਦਾ ਰਹਿੰਦਾ, ਸਿਰਜਦਾ ਰਹਿੰਦਾ, ਸਿਰਜਦਾ ਰਹਿੰਦਾ, ਫਿਰ ਸੁੱਖ ਲਵਾਂਗੇ, ਸੁੱਖ ਲਵਾਂਗੇ, ਸੁੱਖ ਲਵਾਂਗੇ, ਅਤੇ ਅਜੇ ਪਦਾਰਥ ਦੇ ਸਰਦਲ 'ਤੇ ਉਹਦਾ
ਪੈਰ ਹੀ ਟਿਕਦਾ ਜਾ ਕੇ ਵੀ ਚਲੋ ਵੇਖਦੇ ਹਾਂ ਜਾ ਕੇ ਕਿਹੋ ਜਿਹਾ ਬਣਿਆ, ਸੁੱਖ ਲੈਂਦੇ ਹਾਂ। ਉਹਨੇ ਚਿਰ ਨੂੰ ਜੀਵਨ ਜਵਾਬ ਦੇ ਜਾਂਦਾ, ਕਹਿੰਦਾ ਬਸ ਹੁਣ ਆਈ ਆਗਿਆ ਪਿਰਹਿ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਊਟ ਸਧਾਇਓ ਛੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਵੀ ਹੁਣ ਸਮਾਂ ਹੋ ਗਿਆ, ਚੱਲ ਹੁਣ ਤੀਰਾ ਤਾਂ ਇਹ ਸਿਲਸਿਲਾ ਮੁੱਕਦਾ ਹੀ ਨਹੀਂ। ਜਿਹਦੀ ਤਲਾਸ਼ ਵਿੱਚ ਤੂੰ ਭਟਕਦਾ ਫਿਰਦਾ, ਤੂੰ ਉਸ ਨੂੰ ਪਾਇਆ ਹੀ ਨਹੀਂ, ਨਾ ਉਹ ਤੈਨੂੰ ਲੱਭਿਆ, ਨਾ ਹੀ ਤੈਨੂੰ ਲੱਭਣਾ, ਕਿਉਂਕਿ ਤੇਰੀ ਖੋਜ ਦੀ ਦਿਸ਼ਾ ਗਲਤ ਹੈ। ਸੁੱਖ ਆਏਗਾ, ਸੁੱਖ ਆਏਗਾ, ਸੁੱਖ ਆਏਗਾ, ਕਦ ਕਿੰਨਾ ਚਿਰ ਬੰਦੇ ਨੂੰ ਹੋ ਗਿਆ ਇਹ ਗੱਲ ਕੂਕਦਿਆਂ। ਸਾਹਿਬ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਕਿਉਂਕਿ ਸਾਡੇ ਇਸੇ ਜਾਇਆ ਪਦਾਰਥ, ਉਹ ਜਾਇਆ ਪਦਾਰਥ ਕੀ ਹੈ? ਭਟਕਣਾ, ਅਸ਼ਾਂਤੀ, ਖਿਝ, ਈਰਖਾ, ਨਫ਼ਰਤ, ਪਦਾਰਥਕ ਲਾਲਸਾ, ਤ੍ਰਿਸ਼ਨਾ, ਇਹੋ ਕੁਝ ਸਾਡੇ ਪੱਲੇ। ਉਹਦੇ 'ਚੋਂ ਜੀਵਨ ਦਾ ਆਨੰਦ ਅਤੇ ਲੁਤਫ ਨਹੀਂ, ਕਿਉਂਕਿ ਪਦਾਰਥ ਨੂੰ ਪਹਿਲਾ ਦਰਜਾ ਦੇ ਕੇ ਇਹੋ ਕੁਝ ਹੀ ਨਿਕਲਣਾ। ਜੇ ਜੀਵਨ ਨੂੰ ਪਹਿਲਾ ਦਰਜਾ ਦਿੱਤਾ ਹੁੰਦਾ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਸ਼ਾਹ ਦੌਲਾ ਫਕੀਰ ਨੇ ਪੁੱਛਿਆ ਤਾਂ ਹਜ਼ੂਰ ਨੇ ਕਿਹਾ ਸੀ, ਦੌਲਤ ਗੁਜਰਾਨ ਹੈ, ਇਹ ਗੁਜ਼ਾਰੇ ਲਈ ਹੈ, ਜੀਵਨ ਦੇ ਨਿਰਵਾਹ ਲਈ ਹੈ। ਨਾ ਤਾਂ ਇਹਨੂੰ ਬਿਲਕੁਲ ਛੱਡ ਕੇ ਜੀਵਨ ਚੰਗਾ ਚੱਲਦਾ, ਅਤੇ ਨਾ ਇਹਨੂੰ ਸਿਰ 'ਤੇ ਚੁੱਕ ਕੇ ਹੀ ਚੰਗਾ ਚੱਲਦਾ। ਬੈਲੈਂਸ ਸਹਿਜ ਜਿਹਾ ਰਹੇ ਤਾਂ ਉਹ ਜ਼ਿਆਦਾ ਵਧੀਆ ਹੈ। ਮਤ ਦੇਖ ਭੁੱਲਾਂ ਵਿਸਰੈ ਤੇਰਾ, ਚੇਤਨ ਆਵੇ ਨਾ। ਦੂਜੇ ਸਲੋਕ 'ਚ ਜ਼ੂਰ ਫਰਮਾਉਂਦੇ ਨੇ, ਕਬੀਰ ਮਾਇਆ ਡੋਲਨੀ ਪਵਨ ਵਹੈ ਹਿਵਤਾਰ। ਸਾਹਿਬ ਮੁਸਕਰਾਏ, ਮਹਾਰਾਜ ਨੇ ਇੱਕ ਉਦਾਹਰਣ ਦਿੱਤੀ, ਬੜੀ ਬਾ ਕਮਾਲ ਹੈ। ਕਹਿੰਦੇ ਫਕੀਰ ਜੀ ਇੱਕ ਗੱਲ ਦੱਸੋ, ਰਾਜਿਆਂ ਦੇ ਕੋਲ ਕੋਸ਼ਕਾਰ ਹੁੰਦੇ ਨੇ, ਉਹ ਉਹਨਾਂ ਨੂੰ ਹੁਕਮ ਕਰਦੇ ਨੇ ਵੀ ਇੰਨੀ ਇੰਨਾ ਟੈਕਸ, ਇੰਨਾ ਪੈਸਾ ਆਇਆ ਵੀ ਇਹਨੂੰ ਜਮ੍ਹਾਂ ਕਰੋ ਖਜ਼ਾਨੇ 'ਚ। ਉਹ ਜਮ੍ਹਾਂ ਕਰ ਲੈਂਦਾ, ਰਾਜਾ ਆਰਡਰ ਕੱਢਦਾ, ਹੁਕਮ ਕਰਦਾ ਵੀ ਇੰਨੀ ਮਾਇਆ ਦੇ ਦਿਓ ਫਲਾਨੇ ਵਿਭਾਗ ਨੂੰ, ਫਲਾਨੇ ਮੰਤਰੀ ਨੂੰ, ਫਲਾਨੇ ਕੰਮ ਲਈ ਖਰਚ ਕਰੋ, ਕਰ ਦਿੰਦਾ। ਜਿੰਨਾ ਜਿੰਨੀ ਦੌਲਤ ਖਜ਼ਾਨੇ 'ਚ ਜਮ੍ਹਾਂ ਹੁੰਦੀ ਹੈ, ਉਹਦੇ ਨਾਲ ਉਸ ਕੋਸ਼ਕਾਰ ਨੂੰ ਕੋਈ ਖੁਸ਼ੀ ਹੁੰਦੀ ਹੈ? ਜਾਂ ਜਦੋਂ ਵਰਤੀ ਜਾਂਦੀ ਉਦੋਂ ਉਹ ਕਿਤੇ ਭੁੱਖਾ ਰਹਿ ਕੇ ਗੁਜ਼ਾਰਾ ਕਰਦਾ ਵੀ ਹਾਏ ਇੰਨਾ ਪੈਸਾ ਚਲਾ ਗਿਆ। ਫਕੀਰ ਕਹਿਣ ਲੱਗਾ, ਜੀ ਦੌਲਤ ਉਹਦੀ ਨਹੀਂ, ਦੌਲਤ ਤਾਂ ਰਾਜ ਦੀ ਹੈ, ਰਾਜੇ ਦੀ ਹੈ, ਉਹ ਤਾਂ ਹੁਕਮ ਵਜਾਉਣ ਵਾਲਾ। ਭਾਵੇਂ ਹੀਰੇ ਜਵਾਹਰਾਤਾਂ ਦੇ ਢੇਰ ਲੱਗ ਜਾਣ ਅਤੇ ਭਾਵੇਂ ਖਜ਼ਾਨੇ ਖਾਲੀ ਹੋ ਜਾਣ, ਉਹਦੀ ਤਾਂ ਇੱਕ ਜ਼ਿੰਮੇਵਾਰੀ ਹੈ ਸਾਂਭਣ ਦੀ। ਹੁਕਮ ਹੋਏਗਾ ਰੱਖ ਲਏਗਾ, ਹੁਕਮ ਹੋਏਗਾ ਵੰਡ ਦਏਗਾ। ਉਹਨੂੰ ਨਾ ਦੁੱਖ ਮਨਾਉਣ ਦੀ ਲੋੜ ਹੈ ਅਤੇ ਨਾ ਖੁਸ਼ੀ ਕਰਨ ਦੀ ਲੋੜ ਹੈ। ਮਹਾਰਾਜ ਕਹਿਣ ਲੱਗੇ, ਬਸ ਜੇ ਬੰਦਾ ਪਦਾਰਥ ਨੂੰ, ਧਨ ਸੰਪਤੀ ਨੂੰ, ਸੰਸਾਰ ਦੀ ਹਰ ਸ਼ੈ, ਔਰ ਇੱਥੋਂ ਤੱਕ ਸਰੀਰ ਨੂੰ ਵੀ, ਆਪਣੀ ਦੇਹੀ ਅਤੇ ਜੀਵਨ ਨੂੰ ਵੀ ਵਾਹਿਗੁਰੂ ਦੀ ਅਮਾਨਤ ਸਮਝੇ ਨਾ, ਅਤੇ ਸੰਸਾਰ ਦੀ ਤਿਲਕਣਬਾਜ਼ੀ 'ਚ ਨਹੀਂ ਪੈਂਦਾ। ਸਮੱਸਿਆ ਹੀ ਉਦੋਂ ਖੜੀ ਹੁੰਦੀ ਹੈ ਜਦੋਂ ਸਾਰਾ ਕੁਝ ਆਪਣਾ ਮੰਨ ਲੈਂਦਾ ਹੈ। ਉਹਦੀ ਅਮਾਨਤ, ਅਮਾਨਤ ਹੁੰਦਾ ਵੀ ਕਿਸੇ ਨੇ ਤੁਹਾਨੂੰ ਦਿੱਤੀ ਇਹ ਚੀਜ਼ ਵਰਤਣ ਲਈ, ਵੀ ਮੈਂ ਲੈ ਲੈਣੀ ਹੈ ਵਾਪਸ, ਤੁਸੀਂ ਉਹਨੂੰ ਵਰਤੋ, ਉਹਦੇ ਨਾਲ ਲੋੜ ਪੂਰੀ ਕਰੋ, ਅਤੇ ਇਹ ਵੀ ਧਿਆਨ ਰੱਖੋ ਵੀ ਇਹ ਵਾਪਸ ਜਾਣੀ ਹੈ। ਜਿਸ ਕੀ ਬਸਤ ਅਤੇ ਸਿਆਗਾ ਰੱਖਿਆ, ਪ੍ਰਭ ਕੀ ਆਗਿਆ ਮਾਨੈ ਮਾਥੇ, ਉਸ 'ਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਲਿਆ। ਆਏ ਹਾਂ ਸੰਸਾਰ 'ਚ, ਦੇਹ ਵੀ ਉਹਦੀ ਅਮਾਨਤ ਹੈ, ਸਾਹ ਵੀ ਉਹਦੇ ਅਮਾਨਤ ਨੇ, ਜੀਵਨ ਉਹਦਾ ਅਮਾਨਤ ਹੈ, ਪਦਾਰਥ ਉਹਦੇ ਅਮਾਨਤ ਨੇ, ਸਾਡੇ ਤੋਂ ਪਹਿਲਾਂ ਹੀ ਇਹ ਧਰਤੀ ਮੌਜੂਦ ਹੈ, ਪਾਣੀ ਮੌਜੂਦ ਹੈ, ਤੁਰਾਂਗੇ
ਸਾਰਾ ਕੁਝ ਐਵੇਂ ਛੱਡ ਕੇ ਤੁਰ ਜਾਵਾਂਗੇ। ਦੇਈ ਉਹਦੀ ਦਿੱਤੀ ਹੋਈ ਹੈ, ਛਿੰਨ ਪੰਗਰ 'ਚ ਬਿਨਸ ਜਾਏਗੀ, ਭੌਰ ਉਡਾਰੀ ਮਾਰ ਜਾਏਗਾ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈਏ, ਰੋਵਨ ਹਾਰੇ ਕੀ ਕਵਨ ਟੇਕ। ਨਾ ਕੁਝ ਸਾਡਾ ਸੀ ਅਤੇ ਨਾ ਕੁਝ ਸਾਡੇ ਨਾਲ ਹੋਏਗਾ, ਸਭ ਉਹਦੀ ਅਮਾਨਤ ਹੈ, ਉਹਦੀ ਬਖਸ਼ਿਸ਼ ਹੈ, ਸੰਬੰਧ ਜੋੜ ਬਣੇ ਹੋਏ ਨੇ, ਬਿਨਸ ਜਾਣਗੇ। ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਾਈ। ਤੋ ਸਾਹਿਬ ਸਤਿਗੁਰੂ ਮਹਾਰਾਜ ਕਹਿੰਦੇ ਨੇ ਬਾਕੀ ਸੰਸਾਰ ਜਿਹੜਾ ਉਹ ਬਸ ਰਿੜਕਦਾ ਰਹਿੰਦਾ ਰਿੜਕਦਾ, ਉਹਨੂੰ ਪਾਉਣ ਦਾ ਕੋਈ ਖਿਆਲ ਨਹੀਂ ਵੀ ਚੋਂ ਕੁਝ ਪਾਇਆ ਜਾਏ, ਜੀਵਨ ਦਾ ਅਸਲ ਮਕਸਦ ਟੀਚਾ ਹਾਸਲ ਕੀਤਾ ਜਾਏ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਇਸ ਮੰਜ਼ਿਲ ਨੂੰ ਹਾਸਲ ਕੀਤਾ ਜਾਏ। ਅਗਲੇ ਬਚਨ 'ਚ ਕਹਿੰਦੇ ਨੇ ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ, ਏਕ ਕਬੀਰਾ ਨਾਮ ਸੈ ਜਿਨ ਕਿਨੀ ਬਾਰਾਂ ਬਾਟ। ਕਬੀਰ ਜੀ ਕਹਿੰਦੇ ਜਿਹੜੀ ਮਾਇਆ ਬੜੀ ਮੋਮੋ ਠੱਗਣੀ ਹੈ, ਭਰਮਾਉਣ ਵਾਲੀ, ਮਿੱਠੇ ਪਿਆਰੇ ਢੰਗ ਨਾਲ ਕਿਸੇ ਨੂੰ ਆਪਣੇ ਮੋਹ ਜਾਲ 'ਚ, ਪ੍ਰੇਮ ਜਾਲ 'ਚ ਫਸਾ ਕੇ, ਦਿੱਖ 'ਚ ਫਸਾ ਕੇ ਉਹਨੂੰ ਠੱਗ ਲੈਣ। ਪਦਾਰਥ ਬੜਾ ਸੋਹਣਾ ਲੱਗਦਾ, ਬੜਾ ਕੀਮਤੀ ਲੱਗਦਾ, ਪਦਾਰਥ ਬੜਾ ਕੀਮਤੀ ਹੈ, ਬੜਾ ਸੋਹਣਾ ਹੈ, ਰੰਗਦਾਇਕ ਹੈ, ਰਸਦਾਇਕ ਹੈ, ਸਵਾਦ ਵਾਲਾ ਹੈ, ਬੰਦਾ ਉਹਦੇ ਮਗਰ ਜ਼ਿੰਦਗੀ ਤੱਕ ਗਵਾਉਣ ਨੂੰ ਤਿਆਰ ਹੋ ਜਾਂਦਾ। ਚੀਜ਼ ਕਈ ਵਾਰ ਤੁਸੀਂ ਵੇਖਣਾ, ਮੋਹ ਐਸੀ ਚੀਜ਼ ਹੈ, ਹਾਲਾਂਕਿ ਆਪਾਂ ਸਾਰੇ ਜਾਣਦੇ ਜੀਵਨ ਦੁਬਾਰਾ ਨਹੀਂ ਮਿਲਣਾ, ਪਦਾਰਥ ਦੁਬਾਰਾ ਮਿਲ ਜਾਏਗਾ, ਪਰ ਪਦਾਰਥ ਲਈ ਬੰਦਾ ਜੀਵਨ ਗਵਾ ਜਾਂਦਾ ਹੈ, ਪਦਾਰਥ ਲਈ ਜੀਵਨ ਗਵਾ ਜਾਂਦਾ ਹੈ। ਇੱਕ ਸੱਜਣ ਦੱਸਦੇ ਸਨ, ਕਹਿੰਦੇ ਯੂਰਪ ਦੇ ਵਿੱਚ ਸਨ, ਉਹ ਕਹਿੰਦੇ ਇੱਥੇ ਨਾ ਪੁਲਿਸ ਵਾਲੇ ਆਏ, ਅਸੀਂ ਨਵੇਂ ਆਏ ਸਾਂ ਅਤੇ ਸਾਨੂੰ ਆ ਕੇ ਕਹਿੰਦੇ ਵੀ ਜੇ ਕੋਈ ਚੋਰ ਆਵੇ ਤਾਂ ਤੁਸੀਂ ਕੋਈ ਹਿਲਜੁਲ ਨਹੀਂ ਕਰਨੀ, ਆਰਾਮ ਨਾਲ ਆਪਣੀ ਜਗ੍ਹਾ 'ਤੇ ਬੈਠੇ ਰਹਿਣਾ, ਉਹਦੇ ਕੋਲ ਵੈਪਨ ਹੋ ਸਕਦਾ, ਕੁਝ ਕਰ ਸਕਦਾ। ਕਹਿੰਦਾ ਮੈਂ ਉਹਨੂੰ ਵੈਸੇ ਹੀ ਸਵਾਲ ਕੀਤਾ ਵੀ ਸਾਡੇ ਖੂਨ 'ਚ ਹੈ, ਵੀ ਸਾਡੇ ਸਾਹਮਣੇ ਕੋਈ ਸਾਡੀ ਚੀਜ਼ ਚੁੱਕ ਕੇ ਖੜੇ, ਅਸੀਂ ਜਾਣ ਦਿਆਂਗੇ ਉਹਨੂੰ। ਉਹ ਪੁਲਿਸ ਵਾਲਾ ਕਹਿੰਦਾ ਵੀ ਉਹ ਤਾਂ ਗੱਲ ਤੁਹਾਡੀ ਸਹੀ ਹੈ ਵੀ ਤੁਹਾਡੀ ਚੀਜ਼ ਦੂਜਾ ਕਿਉਂ ਚੁੱਕੇ, ਪਰ ਮੰਨ ਲਓ ਉਹਦੇ ਕੋਲ ਕੋਈ ਮਾਰੂ ਹਥਿਆਰ ਹੋਇਆ, ਉਹਨੇ ਤੁਹਾਡੇ ਸਿਰ 'ਚ ਮਾਰਿਆ, ਤੁਹਾਡਾ ਸਿਰ ਪਾਟ ਗਿਆ, ਚੀਜ਼ ਤਾਂ ਦੁਬਾਰਾ ਲੈ ਆਉਂਗੇ, ਸਿਰ ਕਿੱਥੋਂ ਲਿਆਉਂਗੇ। ਕਹਿੰਦਾ ਮੈਨੂੰ ਉਹਦੀ ਗੱਲ ਬੜੀ ਅਪੀਲ ਕੀਤੀ, ਕਹਿੰਦਾ ਸਿਰ ਕੀਮਤੀ ਹੈ, ਪਦਾਰਥ ਕੀਮਤੀ ਨਹੀਂ ਹੈ। ਜੇ ਉਹ ਅਕਲਮੰਦ ਦਾਨਾ ਹੁੰਦਾ ਤਾਂ ਤੁਹਾਡੀ ਚੀਜ਼ ਚੁੱਕਣ ਕਿਉਂ ਆਉਂਦਾ, ਤੁਸੀਂ ਤਾਂ ਦਾਨੇ ਬਣੋ, ਬਚਾਓ ਪਰ ਆਪਣਾ ਬਚਾ ਕਰਕੇ ਚੀਜ਼ ਬਚਾਓ, ਇੱਕ ਥੋੜ੍ਹੀ ਜਿਹੀ ਵੈਲਿਊ ਦੀ ਚੀਜ਼ ਬਦਲੇ, ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਖਤਰੇ 'ਚ ਪਾਉਣ ਦਾ ਕੋਈ ਅਰਥ ਨਹੀਂ। ਕਹਿੰਦਾ ਗੱਲ ਉਹਦੀ ਬੜੀ ਨਾਰਮਲ ਜਿਹੀ, ਪਰ ਮੇਰੇ ਮਨ 'ਚ ਖਿਆਲ ਆਇਆ ਵੀ ਵਾਕਈ ਬੰਦਾ ਸੋਚਦਾ ਤਾਂ ਹੈ, ਚੀਜ਼ ਦੀ ਭਾਵੇਂ ਕੱਖ ਵੀ ਵੈਲਿਊ ਨਾ ਹੋਵੇ, ਸਾਡੀ ਈਗੋ ਹਟ ਹੁੰਦੀ, ਮੇਰੀ ਚੀਜ਼ ਮੇਰੇ ਸਾਹਮਣੇ ਤੂੰ ਕਿਵੇਂ ਲਿਜਾ, ਇਹ ਨਹੀਂ ਵੇਂਦਾ ਵੀ ਮੇਰੀ ਸਮਰੱਥਾ ਤੋਂ ਖਤਰਾ ਕਿਤੇ ਵੱਡਾ ਅਤੇ ਮੈਨੂੰ ਆਪਣਾ ਬਚਾਅ ਪਹਿਲੋਂ ਕਰਨਾ ਚਾਹੀਦਾ। ਪਰ ਹਉਮੈ ਉਹ ਕਹਿੰਦੀ ਉਕਲੀ 'ਚ ਸਿਰ ਦੇ, ਲੋਕ ਤੈਨੂੰ ਕਮਜ਼ੋਰ ਕਹਿਣਗੇ, ਲੋਕਾਂ ਨੂੰ ਕੀ ਦੱਸੇਗਾ, ਫਿਰ ਪੱਟੀਆਂ ਕਰਵਾਵਾਂਗੇ ਫਿਰ ਤਾਂ ਪਤਾ ਲੱਗ ਹੀ ਜਾਣਾ ਨਾ। ਸੋ ਇਸ ਤਰ੍ਹਾਂ ਦੀ ਵੀ ਕਈ ਵਾਰ ਸਿਚੁਏਸ਼ਨ ਬਣ ਜਾਂਦੀ, ਗੱਲ ਤਾਂ ਸਮਝਣ ਦੀ ਹੈ,
ਵੀ ਜੇ ਮੇਰੀ ਸਮਰੱਥਾ ਘੱਟ ਹੈ, ਅਗਲਾ ਜ਼ੋਰਾਵਰ ਹੈ, ਤਾਕਤਵਰ ਹੈ, ਨੁਕਸਾਨ ਮੇਰਾ ਫਿਜ਼ੀਕਲੀ ਵੀ ਕਰੇਗਾ, ਫਿਰ ਕੀ ਲੋੜ, ਚੀਜ਼ ਹੀ ਹੈ ਨਾ ਆਖਰ। ਤੋ ਸਤਿਗੁਰੂ ਮਹਾਰਾਜ ਦੀ ਬਾਣੀ ਵਿੱਚ ਕੀ ਕਹਿ ਰਹੇ ਨੇ, ਮੋਮੋ ਠੱਗਣੀ ਹੈ, ਭਰਮਾ ਲੈਂਦੀ ਹੈ ਮਨੁੱਖ ਨੂੰ। ਵਾਸ਼ਨਾ 'ਚ ਬੰਦਾ ਗਰਕ ਹੁੰਦਾ, ਨੂੰ ਵਾਸ਼ਨਾ ਹੀ ਸਭ ਤੋਂ ਉੱਚੀ ਮਹਿੰਗੀ ਕੀਮਤੀ ਲੱਗਦੀ। ਮੁਸ ਮੁਸ ਲਾਵੇ ਇਹਨੇ ਜੀਵਾਂ ਨੂੰ, ਠੱਗ ਠੱਗ ਕੇ ਆਪਣੀ ਹੱਟੀ ਸਜਾਈ ਹੈ। ਕਾਮ ਸੱਜਿਆ ਅਤੇ ਬੰਦਿਆਂ ਕਰਕੇ, ਕ੍ਰੋਧ ਸੱਜਿਆ ਹੋਇਆ ਅਤੇ ਬੰਦਿਆਂ ਕਰਕੇ। ਕ੍ਰੋਧੀ ਮਨੁੱਖ ਹੀ ਕ੍ਰੋਧ ਦਾ ਜਲਵਾ ਵਿਖਾਉਂਦਾ ਹੈ, ਹੰਕਾਰੀ ਮਨੁੱਖ ਹੀ ਹੰਕਾਰ ਦਾ, ਲੋਭੀ ਲੋਭ 'ਚ ਗ੍ਰਸਤ ਹੋ ਕੇ ਹੀ ਦੁਨੀਆਂ ਦੇ ਸਾਹਮਣੇ ਤਮਾਸ਼ਾ ਕਰਦਾ ਹੈ, ਹੱਟੀ ਸੱਜੀ ਵਿਕਾਰਾਂ ਦੀ, ਮਾਇਆ ਦੀ, ਬੰਦੇ ਕਰਕੇ, ਕਿਉਂਕਿ ਬੰਦਾ ਠੱਗਿਆ ਗਿਆ। ਏਕ ਕਬੀਰਾ ਨਾਮ ਉਸੈ ਜਿਨ ਕੀਰੀ ਬਨ ਕਿੰਨੀ 12 ਬਾਟ। ਕਬੀਰ ਜੀ ਕਹਿੰਦੇ ਮੈਂ ਤਾਂ ਇਹਦੇ 12 ਟੁਕੜੇ, ਭਾਵ ਇਹਨੂੰ ਖੰਡ ਖੰਡ ਕੀਤਾ, ਮੈਂ ਤਾਂ ਇਹਨੂੰ ਦਬਾ ਲਿਆ, ਮੈਂ ਤਾਂ ਇਹਦਾ ਨੁਕਸਾਨ ਤੋਂ ਬਚ ਗਿਆ, ਇਸ ਕਰਕੇ ਮੈਨੂੰ ਨਹੀਂ ਠੱਗ ਸਕਦੀ। ਕਿਉਂਕਿ ਉਹਨਾਂ ਨੇ ਪਹਿਲੇ ਬਚਨ 'ਚ ਕਿਹਾ ਸੀ, ਕਬੀਰ ਆਈ ਮੁਜੈ ਪੈਨਕ ਕਰੇ ਕਰ ਭੇਸ, ਹਮ ਰਾਖੇ ਗੁਰੇ ਆਪਣੇ ਉਨ ਕੀਨੋ ਆਦੇਸ਼। ਕਹਿੰਦੇ ਮੈਂ ਇੰਨਾ ਸੁਚੇਤ ਰਿਹਾ, ਗੁਰੂ ਬਖਸ਼ਿਸ਼ ਨਾਲ ਮੈਂ ਅੰਦਰੋਂ ਇੰਨਾ ਜਾਗਿਆ ਰਿਹਾ ਵੀ ਮੈਨੂੰ ਇਹ ਨਹੀਂ ਠੱਗ ਸਕੀ। ਬਾਕੀ ਮੈਂ ਆਲੇ ਦੁਆਲੇ ਵੇਖਦਾ ਲੋਕ ਇਸ ਦੇ ਜਾਲ 'ਚ ਫਸੇ ਨੇ ਔਰ ਇਹਦੀ ਹੱਟੀ ਸਜਾ ਰਹੇ। ਤਾਂ ਅਗਲੇਰੇ ਸਲੋਕਾਂ ਦੀ ਵਿਚਾਰ ਅਗਲੇ ਦੀਵਾਨ ਵਿੱਚ ਕਰਾਂਗੇ। ਮਹਾਰਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ, ਆਪ ਸਾਰੀ ਸੰਗਤ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।